जनाब अस्सलाम वालेकुम जनाब, अज असी अमीनपुर मंगला मंडी का जनाब विजिट कर रहे हैं। ये फैसलाबाद तो तकरीबन जनाब कोई 25 किलोमीटर के फासले से। अज मेरा जरा गला खराब है, तबीयत भी खराब है, तो इसलिए जरा मैनेज करो। तो जनाब वो जरा चीना कूड़ा खड़ोता है ना परले पासे, इन्हें 1.5 लाख रुपया मंगते हैं, 1 वीह इनका कुड़ी का मंगते हैं। तो इस कुड़ी का जनाब 4.5 लाख रुपया मंगते हैं बच्चे समेत, 2.5 लाख रुपया इनका जे कुड़ी का। वीर जी इन्हें किन्ने पैसे दे? 3.5 लाख रुपया। तो नौकरी का? अच्छा, बच्चे समेत? 3.5 लाख। 3.5 लाख के बच्चे समेत भी कीजिए नौकरी। सारे जी इन्हों जानवर खड़ोते जे, एक खड़ोता जे, एक 5 कल्याण जोड़ा, एक चीनी, एक परे पास जी नौकरी घोड़ी सी। ये सारे जानवर जनाब है भी जनाब, सारे जानवर ही इन्होंने। और इस मंडी तो बाद इन्होंने चला जाना जनाब तांदला मंडी नहीं, बल्कि फैसलाबाद मंडी जहाँ लगती है उत्थे चला जाना। तो ए कुड़ी जनाब विच कीजिए 3.5 लाख रुपये दी बच्चे समेत है। साढ़े 3 लाख रुपये। लो जनाब मालक को जनाब नंबर भी तुम लैके देने जी। नंबर तो अपना 49 38 772 नाम का फैसलाबाद मंडी करेगा? हाँ करांगे जी। अच्छा जी बिस्मिल्लाह। हाले ठीक ठाक शुक्र है। चाचा बड़ी ड्यूटी देंदा है, ते चाचा हर मेले मंडी च जांदा है। ठीक है, ते बड़ी चाचा साडे वास्ते मतलब हेल्प करदा है। बहुत मेहरबानी चाचे दे। प्रोग्राम वेख वेख के मैं मंडी आया, ते पैसे जी वाहवा मंगदे ने फिर मंडी ते शाय 1 वीह नहीं कम दी। पछेड़े ज्यादा जे खुला चेक कर लो। कोई नहीं जे पछेड़े ज्यादा जे जाने आए ने। बहुत जनाब सारे दोस्त ने सब्सक्राइबर ने वेखो भी लैन वास्ते आए जे। कि जगह तो आए जे वीर? ਕਿਹੜੀ ਜਗ੍ਹਾ ਤੋਂ ਆਏ ਜੀ? ਸ਼ਾਹਕੋਟ। ਲਓ ਜੀ ਸ਼ਾਹਕੋਟ ਤੋਂ ਆਏ ਨੇ ਜੀ ਬੰਦੇ ਜਨਾਬ। ਕਿੰਨੇ ਪੈਸੇ? ਕਿੰਨੇ ਪੈਸੇ? 1 ਲੱਖ ਰੁਪਈਆ। ਲੱਖ ਰੁਪਈਆ ਹੈਲਪ ਕਰੋ। ਭਾਈ ਵੀ ਦੋ ਬੈਠੇ। ਕੀ ਨਾਂ ਕੀ ਆਪਣਾ ਵੀਰ? ਸਾਹਦ ਜੀ। ਅੱਛਾ ਸਾਹਦ। ਦੱਸ ਕੇ ਉਮਰ ਕਿੰਨੀ ਘੋੜੇ ਦੀ? ਸ਼ੁਰੂ 5 ਸਾਲ ਹੈ ਜੀ। ਅੱਛਾ, ਤੇ ਕੋਈ ਡਾਂਸ ਡੂਨਸ ਨੱਚਦਾ ਵੀ ਪਿਆ ਵੇ? ਨੇਜ਼ਾਬਾਦੀ ਵੀ ਕਰਦਾ? ਅੱਛਾ, ਥੋੜ੍ਹਾ ਜਿਹਾ ਟੋਰ ਕੇ ਦਰਾਓ। ਹਾਂ ਅਤੇ ਉਮਰ ਕਿੰਨੀ ਹੋਈ ਦੱਸ? ਸ਼ੁਰੂ 5 ਸਾਲ ਹੈ ਜੀ। ਅੱਛਾ, ਕੋਈ ਨੰਬਰ ਸ਼ੰਬਰ ਹੈਗਾ ਜੀ? ਹਾਂਜੀ। 10 ਨੰਬਰ 0300 ਜੀ। ਹਾਂ 75-32-597 597 ਹਾਂਜੀ। ਅਤੇ ਕਿੰਨੇ ਜਾਨਵਰ ਲੈ ਕੇ ਆਇਆ? ਮੈਂ 8 ਜਾਨਵਰ ਲੈ ਕੇ ਆਇਆ। ਵੇਖ ਗਿਆ ਦੂਜੇ? ਹਾਂਜੀ। ਅੱਛਾ, ਅਤੇ ਇਹਦਾ ਪਿਆਰ ਮੁਹੱਬਤ ਕਿੱਥੋਂ ਕਿੱਥੇ ਕਰੋ ਹੋ ਜਾਏਗਾ? ਇਹਦਾ ਜੀ 1.5 ਲੱਖ ਰੁਪਇਆ। 1.5 ਲੱਖ ਅਸੀਂ ਛਾਵੇਂ ਤਰ੍ਹਾਂ ਕਰੀ। 1.5 ਲੱਖ ਰੁਪਇਆ ਜਨਾਬ ਇਹ ਮੰਗਦੇ ਜੇ, ਮਗਰ ਘੋੜਾ ਸਹੀ ਨਹੀਂ ਹੈ। ਉਹਦੀ ਵਜ੍ਹਾ ਕਹਿੰਦੀ ਲੱਤ ਪਰਲੀ ਦੇ ਉੱਤੇ ਤੁਹਾਨੂੰ ਵਹਾਉਣਾ, ਉਹ ਚਪਟੇ ਵਾਲੀ ਜਗ੍ਹਾ ਦੇ ਉੱਤੇ ਇਹਨੇ ਜਿਹੜਾ ਨਾ ਜ਼ਖਮ ਹੋਇਆ ਹੋਇਆ ਹੈ। ਦੇਖੋ ਹੈ
ਲਈ ਲੱਤ ਦੇ ਉੱਤੇ ਅਤੇ ਲਓ ਜਨਾਬ ਅੱਛਾ ਇਹ ਪੱਕਾ ਅੱਡਾ ਆਪਣਾ ਹੋਰ ਕਿਹੜੇ ਕਿਹੜੇ ਡੰਗੇ ਨੇ ਆਪਣੇ ਦੋ ਉਹ ਖੜੇ ਆ ਅਤੇ ਇਹਦੇ ਵੀ ਦੱਸੋ ਇਹਦੇ ਕਿੰਨੇ ਪੈਸੇ ਜੇ 60,000 ਰੁਪਏ 60 ਕਿੰਨੇ ਮਿਲਣ ਪਛੇਰੀ ਹੈਗੀ 60,000 ਰੁਪਇਆ ਨੰਬਰ ਤੇਰਾ ਹੀ ਦੱਸ ਹਾਂਜੀ ਨੰਬਰ ਹੈ ਹੋਰ ਇਸ ਤੋਂ ਇਲਾਵਾ ਕਿਹੜਾ ਹੋਰ ਜਾਣ ਲਾਇਆ ਤੁਹਾਡੇ ਕੋਲ ਆ ਜਾ ਇਹਦੇ ਕਿੰਨੇ ਪਿਆ ਇਹਦਾ ਲੱਖ ਰੁਪਇਆ ਇਹ ਕਿੰਨੇ ਮਹੀਨਿਆਂ ਦੀ ਹੈ ਲੱਖ ਰੁਪਇਆ ਪੰਜ ਕਲਿਆਣ ਅੱਖਾਂ ਚਿੱਟੀਆਂ ਨੇ ਨਾ ਕਲਿਆਣ ਅੱਖਾਂ ਕਾਲੀਆਂ ਹੁੰਦੀਆਂ ਨੇ ਤਾਂ ਰੇਟ ਵੱਧ ਜਾਣਾ ਉਹ ਪਰਲੇ ਦਾ ਇੱਕ ਲੱਖ ਰੁਪਇਆ ਨੰਬਰ ਆਪਦਾ ਦੱਸ ਉਹਨਾਂ ਹੀ ਨੰਬਰ ਹੈ ਚਲੋ ਚਲੋ ਠੀਕ ਹੋ ਗਿਆ ਲਓ ਜੀ ਆ ਵੀਰ ਜੀ ਇਹ ਸਾਰੇ ਜਾਨਵਰ ਇਹਨਾਂ ਦੇ ਕਿੰਨੇ ਪੈਸੇ ਕਿੰਨੇ ਪੈਸੇ ਮਛੇਰੀ ਮਛੇਰਾ ਅਤੇ ਉਮਰ ਕਿੰਨੀ ਹੈ ਡੇਢ ਸਾਲ ਉਹ ਵੇਖੀ ਵੇਖੀ ਲੱਤ ਨਾ ਮਾਰੇ ਇੱਕ ਲੱਖ 20,000 ਰੁਪਇਆ ਜੀ ਇੱਥੇ ਖਲੋਆਈ ਤਾਂ ਰੱਖ ਲਓ ਨੰਬਰ ਦੱਸ ਖਲੋਤਾ ਰਹੇ ਇੱਥੇ ਜੀ ਨੰਬਰ ਦੱਸ ਆਪਦਾ ਮੋਬਾਈਲ ਨੰਬਰ ਦੱਸ 0345 56 158 ਨਾਂ ਤੇਰਾ ਕੀ ਹੈ ਸਲੀਮ ਖਾਨ ਕਿਹੜੀ ਜਗ੍ਹਾ ਤੋਂ 158 ਮੁਹਾਰਾ ਲਓ ਜੀ ਲਓ ਜੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ ਨਈ ਵੀਡੀਓ ਦੇ ਵਿੱਚ ਇਨਸ਼ਾਅੱਲਾ ਜੀ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਅੱਲਾਹ ਹਾਫਿਜ਼।